ਅਰਦਾਸ ਬਲਵਿੰਦਰ ਸਿੰਘ ਅਤੇ ਸਾਰੀਆਂ ਸੰਗਤਾਂ ਅਫਗਾਨਿਸਤਾਨ ਵਿੱਚ ਜੋ ਇਸ ਟਾਈਮ ਅਸੀਂ ਏਅਰਪੋਰਟ ਜਾ ਰਹੇ ਹਾਂ ਭਾਰਤ ਸਰਕਾਰ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਜੀ ਗ੍ਰਹਿ ਮੰਤਰਾਲੇ ਵਿਦੇਸ਼ ਮੰਤਰਾਲੇ ਅਤੇ ਪੁਨੀਤ ਸਿੰਘ ਜੀ ਚੰਡੋਕ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਸਾਰੀਆਂ ਸੰਗਤਾਂ ਵੱਲੋਂ ਅੱਜ ਅਸੀਂ ਖੁਸ਼ਕਿਸਮਤ ਹਾਂ ਕਿ ਲਗਭਗ 3 ਮਹੀਨਿਆਂ ਦੇ ਇੰਤਜ਼ਾਰ ਤੋਂ ਬਾਅਦ ਅੱਜ ਅਸੀਂ ਕਾਬੁਲ ਤੋਂ ਦਿੱਲੀ ਲਈ ਉਡਾਣ ਭਰ ਰਹੇ ਹਾਂ ਪਰਵਾਨ ਕਾਬਲ ਵਿੱਚੋਂ ਸਾਰੀ ਸੰਗਤ ਅਤੇ ਆਸਾ ਮੈਂ ਮੰਨਦਾ ਕਿ ਸਾਰੀ ਸੰਗਤ ਸਾਡੇ ਹਿੰਦੂ ਵੀ ਭਰਾ ਅੱਜ 3 ਮਹੀਨਿਆਂ ਬਾਅਦ ਭਾਰਤ ਸਰਕਾਰ ਨੇ ਏਅਰ ਲਿਫਟ ਕਰਨ ਜਾ ਰਹੀ ਹੈ ਸਾਨੂੰ ਅਸੀਂ ਲਿਆ ਰਹੇ ਹਾਂ ਅਸੀਂ ਭਾਰਤ ਸਰਕਾਰ ਦਾ ਨਰਿੰਦਰ ਮੋਦੀ ਜੀ ਦਾ ਪ੍ਰਧਾਨ ਮੰਤਰੀ ਜੀ ਦਾ ਗ੍ਰਹਿ ਮੰਤਰਾਲੇ ਵਿਦੇਸ਼ ਮੰਤਰਾਲੇ ਸਾਰੀਆਂ ਸੰਸਥਾਵਾਂ ਦਾ ਸਾਡੇ ਅਫਗਾਨ ਸਿੱਖ ਸੰਸਥਾਵਾਂ ਸਾਡੇ ਪ੍ਰਧਾਨ ਸਾਹਿਬਾਨ ਜਿਨ੍ਹਾਂ ਨੇ ਬੜੀ ਮਿਹਨਤ ਦੇ ਨਾਲ ਬੜੀ ਕੋਸ਼ਿਸ਼ ਦੇ ਨਾਲ ਮਿਹਨਤ ਕਰਕੇ ਇੱਥੇ ਤੱਕ ਪਹੁੰਚਾਇਆ ਹੈ ਕਿ ਅਸੀਂ ਅੱਜ ਆਪਣੇ ਘਰਾਂ ਨੂੰ ਮੁੜ ਰਹੇ ਹਾਂ ਅਸੀਂ ਏਅਰਪੋਰਟ ਦੇ ਵਿੱਚ ਖਲੋਤੇ ਹਾਂ ਕਾਬੁਲ ਦੇ ਵਿੱਚ ਔਰ ਸਾਡੇ ਕੋਲ ਦੋ ਪਾਵਨ ਸਰੂਪ ਸਾਹਿਬ ਹੈਗੇ ਹੈ ਜੋ ਅਸੀਂ ਨਾਲ ਲੈ ਕੇ ਆ ਰਹੇ ਹਾਂ ਔਰ ਅਸੀਂ ਪਾਵਨ ਸਰੂਪ ਸਾਹਿਬ ਮਹਾਵੀਰ ਨਗਰ ਦਿੱਲੀ ਗੁਰੂ ਅਰਜਨ ਦੇਵ ਜੀ ਗੁਰਦੁਆਰਾ ਸਾਹਿਬ ਵਿਖੇ ਲੈ ਕੇ ਜਾਵਾਂਗੇ ਪੁਨੀਤ ਸਿੰਘ ਚੰਡੋਕ ਸਿੰਘ ਸਾਹਿਬ ਦਾ ਅਤੇ ਸਾਰੀ ਭਾਰਤ ਸਰਕਾਰ ਦਾ ਬਹੁਤ ਧੰਨਵਾਦ।